ਡਰ ਤੇ ਕੀ ਸੀ, ਖੈਰ ਹੋਇਆ ਵੀ ਅਸੀਂ ਆਪਣੇ ਇੱਥੇ ਪਹੁੰਚੇ ਹਾਂ। ਕਿਸ ਤਰੀਕੇ ਨਾਲ ਕੁਲਦੀਪ ਸਿੰਘ ਪੰਨੂ ਜੀ ਨੂੰ ਜ਼ਬਰਦਸਤੀ ਪਕੜ ਕੇ ਅੰਦਰ ਲੈ ਗਏ, ਜਦਕਿ ਉਹਨਾਂ ਦਾ ਐਫਿਟ ਪਹਿਲੇ ਸਾਨੂੰ ਦੇ ਚੁੱਕੇ ਸਨ, ਮੀਟਿੰਗ ਦੇ ਅੰਦਰ ਆਉਣਾ ਚਾਹੁੰਦੇ ਸਨ, ਜ਼ਬਰਦਸਤੀ ਉਹਨਾਂ ਨੂੰ ਅੰਦਰ ਆਉਣ ਨਹੀਂ ਦਿੱਤਾ ਗਿਆ। ਨਾਨਕ ਮਤਾ ਸਾਹਿਬ ਗੁਰਦੁਆਰੇ ਦੇ ਹਾਲਾਤ ਇਹਨਾਂ ਲੋਕਾਂ ਨੇ ਚੰਗੇ ਨਹੀਂ ਬਣਾ ਰੱਖੇ। ਇਹ ਕਹਿੰਦੇ ਨੇ ਜੀ, ਹੁਣ ਕੀ ਦੱਸੀਏ ਅੰਦਰ ਦੇ ਉੱਥੇ ਕਿੰਨੇ ਤਣਾਅਪੂਰਨ ਹਾਲਾਤ ਸਨ। ਤੁਹਾਨੂੰ ਮੈਂ ਸ਼ੁਰੂ ਤੋਂ ਸਾਰੀ ਘਟਨਾਕ੍ਰਮ ਦੱਸ ਦਿਆਂ। ਬੇਨਤੀ ਹੈ ਜੀ, ਜਿਹੜੇ ਵੀਰ ਸ਼ੇਅਰ ਕਰ ਸਕਣ ਅਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦੇਣ। ਇਹ ਅਸੀਂ ਨਾਨਕ ਮਤਾ ਸਾਹਿਬ ਦੇ ਗੇਟ 'ਤੇ ਪਹੁੰਚ ਗਏ ਹਾਂ। ਸਾਡੀ ਇੱਕ ਗੱਡੀ ਅੱਗੇ ਨਿਕਲ ਚੁੱਕੀ ਹੈ, ਦੂਸਰੀ ਗੱਡੀ ਆ ਸਾਡੇ ਅੱਗੇ ਅੱਗੇ ਜਾ ਰਹੀ ਹੈ, ਅਤੇ ਤੀਸਰੀ ਗੱਡੀ ਦੇ ਵਿੱਚ ਮੈਂ ਅਤੇ ਮੀਤ ਪ੍ਰਧਾਨ, ਕਮਲੇਸ਼ ਕੌਰ ਜੀ ਸੁਜਾਨਪੁਰ ਵਾਲੇ, ਇਹ ਬੈਠੇ ਹੋਏ ਹਾਂ। ਗੱਲ ਇਸ ਤਰ੍ਹਾਂ ਸੀ ਕਿ ਪ੍ਰਧਾਨ ਜੀ ਨੇ ਜਦੋਂ ਕਿ ਤਰਸੇਮ ਸਿੰਘ ਦੀ ਹੱਤਿਆ ਤੋਂ ਬਾਅਦ ਨਾਨਕ ਮਤਾ ਸਾਹਿਬ ਡੇਰਾ ਮੁਖੀ ਕਾਰ ਸੇਵਾ ਦਾ, ਉਸਦੀ ਹੱਤਿਆ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਝੂਠੇ ਅਤੇ ਨਜਾਇਜ਼ ਤਰੀਕੇ ਦੇ ਨਾਲ ਲੋਕਾਂ ਨੂੰ ਫਸਾਇਆ ਗਿਆ, FIR ਦਰਜ ਕਰਾਤੀ ਗਈ ਵੀਰ ਅਨੂਪ ਸਿੰਘ ਜੀ, ਪ੍ਰੀਤਮ ਸਿੰਘ ਸੰਧੂ ਜੀ ਅਤੇ ਖਾਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਆਕਸ਼, 35 ਸਾਲ ਸੇਵਾ ਕਰ ਚੁੱਕੇ ਡਾਕਟਰ ਹਰਬੰਸ ਸਿੰਘ ਚੁੱਗ IAS ਰਿਟਾਇਰਡ, FIR ਦਰਜ ਕਰਾਤੀ ਗਈ। ਬਹੁਤ ਦੁਖੀ ਹੋ ਕੇ ਉਹਨਾਂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਰਜਿਸਟਰਾਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਹੈ ਉਪਾਧਿਆਕਸ਼ ਜੀ ਨੂੰ ਅਤੇ ਜਨਰਲ ਸੈਕਟਰੀ ਨੂੰ ਕਿ ਤੁਸੀਂ ਕਮੇਟੀ ਦੇ ਅੱਗੇ ਬਾਈਲਾਜ਼ ਦੇ ਨਿਯਮਾਂ ਦੇ ਹਿਸਾਬ ਦੇ ਨਾਲ ਅੱਗੇ ਦੀ ਕਾਰਵਾਈ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਅਤੇ ਇੱਥੇ ਦਾ ਅਸੀਂ ਅੱਜ ਦਾ ਮਾਹੌਲ ਸਾਰੇ ਵੇਖ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ, ਮਤਲਬ ਧਰ ਪਕੜ, ਛੀਨਾ ਝਪਟੀ, ਇਸੇ ਗੱਲ ਨੂੰ ਮੁੱਖ ਰੱਖ ਕੇ ਹੀ ਅਸੀਂ SSP ਨੂੰ, ਹਾਈ ਕੋਰਟ, DM, ਰਜਿਸਟਰਾਰ, ਹਰ ਜਗ੍ਹਾ ਗੁਹਾਰ ਲਗਾਈ ਸੀ ਕਿ ਅੱਜ ਦੀ ਮੀਟਿੰਗ ਨੂੰ ਕੈਂਸਲ ਕੀਤਾ ਜਾਵੇ, ਅਤੇ ਸਾਡੇ ਮੀਤ ਪ੍ਰਧਾਨ ਕਮਲੇਸ਼ ਕੌਰ ਜੀ ਨੇ ਬੜੀ ਸੂਝਬੂਝ ਦੇ ਨਾਲ ਇਸ ਗੱਲ ਨੂੰ ਮੁੱਖ ਰੱਖ ਕੇ ਐਫੀਡੇਵਿਟ ਦੇ ਰਾਹੀਂ ਹਰ ਇੱਕ ਮੈਂਬਰ ਦੇ ਆਪਣੇ ਮਤ, ਆਪਣੇ ਵੋਟ ਜਿਹੜੇ ਨੇ ਉਹ ਲੈਣ ਲਈ ਇੱਕ ਲੈਟਰ ਜਾਰੀ ਕੀਤਾ ਸੀਗਾ 27 ਅਪ੍ਰੈਲ ਨੂੰ। ਜਦੋਂ ਇਹ ਲੈਟਰ ਜਾਰੀ ਹੋਇਆ ਤਾਂ ਮੀਤ ਪ੍ਰਧਾਨ ਜੀ, ਜੋ ਕਿ ਉਹਨਾਂ ਦੇ ਉਲਟ ਜਾ ਕੇ ਵਾਈਸ, ਜੋ ਸਾਡੇ ਜਨਰਲ ਸੈਕਟਰੀ ਅਮਰਜੀਤ ਸਿੰਘ ਬੋਪਾ ਰਾਏ ਵੱਲੋਂ 28 ਤਰੀਕ ਨੂੰ ਇੱਕ ਮੀਟਿੰਗ ਬੁਲਾਉਣ ਵਾਸਤੇ ਇੱਕ ਲੈਟਰ ਜਾਰੀ ਕਰ ਦਿੱਤਾ ਗਿਆ। ਮਾਨਕਾ ਦਾ ਖਿਆਲ ਨਹੀਂ ਰੱਖਿਆ ਗਿਆ, ਅਧਿਆਕਸ਼ ਉਪਾਧਿਆਕਸ਼ ਦੇ ਨਾਲ ਮੀਟਿੰਗ ਦੀ ਕੋਈ ਸਹਿਮਤੀ ਨਹੀਂ ਕੀਤੀ ਗਈ। ਹਰ ਇੱਕ ਮੀਟਿੰਗ ਜਿਹੜੀ ਹੈ ਉਹ ਸੰਵਿਧਾਨ 'ਚ ਲਿਖਿਆ ਕਿ ਉਸਦੀ ਅਧਿਆਕਸ਼ਤਾ ਕਮੇਟੀ ਦਾ ਅਧਿਆਕਸ਼ ਕਰੇਗਾ ਅਤੇ ਅਧਿਆਕਸ਼ ਦੀ ਗੈਰ ਹਾਜ਼ਰੀ ਵਿੱਚ ਉਪਾਧਿਆਕਸ਼ ਕਰੇਗਾ। ਜਨਰਲ ਸੈਕਟਰੀ ਨੇ ਜੋ ਮੀਟਿੰਗ ਬੁਲਾਈ, ਨਾ ਤਾਂ ਅਧਿਆਕਸ਼ ਨਾਲ ਵਿਚਾਰ ਕੀਤੀ ਅਤੇ ਨਾ ਹੀ ਉਪਾਧਿਆਕਸ਼ ਦੇ ਨਾਲ ਵਿਚਾਰ ਕੀਤੀ। ਇਹਨਾਂ ਕੋਲ ਆਪ ਜੀ ਨੂੰ ਜਾਣਕਾਰੀ ਦੇਣੀ ਸੀ, ਸੰਗਤਾਂ ਨੂੰ ਰੂਬਰੂ ਹੋ ਕੇ ਗੱਲ ਦੱਸਣੀ ਸੀ ਕਿ ਇਹ ਕੁਛ ਹਾਲਾਤ ਅੱਜ ਨਾਨਕ ਮਤਾ ਸਾਹਿਬ ਦੇ ਵਿੱਚ ਵਾਪਰੇ ਨੇ। ਬਾਹਰ ਹੁੜਦੰਗ ਮਚਾਇਆ ਗਿਆ, ਨਾਰੇਬਾਜ਼ੀ ਕੀਤੀ ਗਈ, ਇਹ ਤੱਕ ਕਿਹਾ ਗਿਆ ਕਿ ਫਾਂਸੀ ਦਿਓ ਹਤਿਆਰੇ ਕੋ, ਫਾਂਸੀ ਦਿਓ, ਮੁਰਜੀ ਮੁਜਰਿਮ ਆ ਗਏ ਹੈ ਇਨਕੋ, ਚੋਰ ਆ ਗਏ ਹੈ ਇਨਕੋ, ਫਾਂਸੀ ਦਿਓ। ਅਗਰ ਇੱਥੇ ਥੋੜ੍ਹੀ ਜਿਹੀ ਭੀੜ ਹੋਰ ਹੁੰਦੀ ਉਹਨਾਂ ਲੋਕਾਂ ਦੀ, ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਸੀਗਾ। ਇੰਨੀ ਕੋਈ ਗੱਲ ਆਪ ਸੰਗਤ ਨਾਲ ਕਰਨੀ ਸੀ ਜੀ। ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।